ਗੁਰਨਾਮ ਭੁੱਲਰ ਜੀ ਸਾਡੇ ਨਾਲ ਨੇ ਅੱਜ ਇੱਥੇ ਪਹੁੰਚੇ ਸੀ ਸਰ ਬਹੁਤ ਜ਼ਰੂਰੀ ਹੋ ਜਾਂਦਾ ਸਟੂਡੈਂਟਸ ਵੀ ਤੁਹਾਨੂੰ ਸੁਣ ਰਹੇ ਸੀ ਅੱਜ ਕਿਉਂਕਿ ਨਸ਼ਾ ਦਾ ਮੁੱਦਾ ਪੰਜਾਬ 'ਚ ਇੱਕ ਬਹੁਤ ਵੱਡੀ ਕਹਿ ਸਕਦੇ ਕਿ ਇੱਕ ਜੜ ਹੈ ਅੱਜ ਤੁਸੀਂ ਲੋਕਾਂ ਨਾਲ ਸਾਹਮਣੇ ਬੈਠੇ ਹੋ ਸਟੂਡੈਂਟਸ ਨੂੰ ਯੂਥ ਨੂੰ ਤੁਸੀਂ ਸਮਝਾਇਆ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਔਰ ਜਿੰਨੀ ਜ਼ਿਆਦਾ ਇਹੋ ਜਿਹੇ ਇਵੈਂਟ ਹੋਣਗੇ ਸਾਰੇ ਓਨਾ ਹੀ ਜਾਗਰੂਕ ਹੋਣਗੇ ਸਟੂਡੈਂਟਸ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਉਮਰ 'ਚ ਹੀ ਬੰਦਾ ਟੇਢੇ ਰਸਤੇ ਸ਼ੁਰੂ ਹੁੰਦਾ ਜੇ ਇੱਥੇ ਹੀ ਸਮਝਾ ਲਿਆ ਜਾਵੇ ਤਾਂ ਉਹ ਗੱਲ ਖਰਾਬ ਹੀ ਨਹੀਂ ਹੋਊਗੀ ਭੁੱਲਰ ਸਾਹਿਬ ਤੁਹਾਨੂੰ ਲੱਗਦਾ ਹੈ ਕਿਉਂਕਿ ਯੂਥ ਤੁਹਾਨੂੰ ਆਦਰਸ਼ ਮੰਨਦਾ ਜਿਹੜੇ ਸਿੰਗਰ ਹੁੰਦੇ ਲੇਕਿਨ ਕਈ ਵਾਰੀ ਦੇਖਿਆ ਹੁੰਦਾ ਕਿ ਗਨ ਕਲਚਰ ਨੂੰ ਜਾਂ ਉਸ ਤਰ੍ਹਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਜਿਸ ਕਰਕੇ ਪ੍ਰੋਬਲਮਸ ਆਉਂਦੀਆਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਚੀਜ਼ਾਂ ਨਹੀਂ ਜੀ ਮੈਨੂੰ ਲੱਗਦਾ ਕਿ ਮਿਊਜ਼ਿਕ ਕਰਕੇ ਕਦੀ ਕੋਈ ਖਰਾਬ ਨਹੀਂ ਹੋ ਸਕਦਾ ਓਕੇ ਮੇਰਾ ਜਿੰਨਾ ਕੁ ਮੰਨਣਾ ਕਿ ਮਿਊਜ਼ਿਕ ਸਿਰਫ ਤੁਹਾਨੂੰ ਖੁਸ਼ੀ ਦੇ ਸਕਦਾ ਸੋ ਬੁਰੀਆਂ ਚੀਜ਼ਾਂ ਛੱਡੋ ਅਤੇ ਮਿਊਜ਼ਿਕ ਨੂੰ ਐਂਟਰਟੇਨਮੈਂਟ ਨੂੰ ਫਿਟਨੈਸ ਨੂੰ ਜੁਆਇਨ ਕਰੋ ਸਭ ਠੀਕ ਹੋਏ ਤੁਸੀਂ ਹੁਣ ਕਿਸ ਤਰ੍ਹਾਂ ਵੇਖਦੇ ਯੂਥ ਨੂੰ ਤੁਸੀਂ ਅੱਜ ਮੋਟੀਵੇਟ ਕੀਤਾ ਤੁਹਾਨੂੰ ਮੈਸੇਜ ਕੀ ਦੇਣਾ ਚਾਹੁੰਦੇ ਮੈਂ ਹੀ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਇਹ ਉਮਰ ਬੜੀ ਨਾਜ਼ੁਕ ਹੈ ਔਰ ਇਸ ਉਮਰ 'ਚ ਤੁਸੀਂ ਬੁਰੀ ਸੰਗਤ ਤੋਂ ਬਚੋ ਅਤੇ ਨਸ਼ਿਆਂ ਤੋਂ ਬਚੋ ਠੀਕ ਹੈ ਅਤੇ ਬਿਲਕੁਲ ਨਸ਼ਿਆਂ ਤੋਂ ਬਚੋ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਅਤੇ ਮਕਸਦ ਇਹੀ ਹੈ ਕਿ ਕਿਸ ਤਰ੍ਹਾਂ ਅਸੀਂ ਯੂਥ ਨੂੰ ਮੋਟੀਵੇਟ ਕਰਨਾ ਕਿਸ ਤਰ੍ਹਾਂ ਅਸੀਂ ਯੂਥ ਨੂੰ ਮੈਸੇਜ ਦੇਣਾ ਹੈ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਦੂਰ ਰਹੋ ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਗੁਰਨਾਮ ਭੁੱਲਰ ਜੀ ਸਾਡੇ ਨਾਲ ਨੇ ਅੱਜ ਇੱਥੇ ਪਹੁੰਚੇ ਸੀ ਸਰ ਬਹੁਤ ਜ਼ਰੂਰੀ ਹੋ ਜਾਂਦਾ ਸਟੂਡੈਂਟਸ ਵੀ ਤੁਹਾਨੂੰ ਸੁਣ ਰਹੇ ਸੀ ਅੱਜ ਕਿਉਂਕਿ ਨਸ਼ਿਆਂ ਦਾ ਮੁੱਦਾ ਪੰਜਾਬ 'ਚ ਇੱਕ ਬਹੁਤ ਵੱਡੀ ਕਹਿ ਸਕਦੇ ਕਿ ਇੱਕ ਜੜ ਹੈ ਅੱਜ ਤੁਸੀਂ ਲੋਕਾਂ ਨਾਲ ਸਾਹਮਣੇ ਬੈਠੇ ਹੋ ਸਟੂਡੈਂਟਸ ਨੂੰ ਯੂਥ ਨੂੰ ਤੁਸੀਂ ਸਮਝਾਇਆ ਕਿਸ ਤਰ੍ਹਾਂ ਤੁਸੀਂ ਵੇਖਦੇ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਔਰ ਜਿੰਨੀ ਜ਼ਿਆਦਾ ਇਹੋ ਜਿਹੇ ਇਵੈਂਟ ਹੋਣਗੇ ਸਾਰੇ ਓਨਾ ਹੀ ਜਾਗਰੂਕ ਹੋਣਗੇ ਸਟੂਡੈਂਟਸ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਉਮਰ 'ਚ ਹੀ ਬੰਦਾ ਟੇਢੇ ਰਸਤੇ ਸ਼ੁਰੂ ਹੁੰਦਾ ਜੇ ਇੱਥੇ ਹੀ ਸਮਝਾ ਲਿਆ ਜਾਵੇ ਤਾਂ ਉਹ ਗੱਲ ਖਰਾਬ ਹੀ ਨਹੀਂ ਹੋਊਗੀ ਭੁੱਲਰ ਸਾਹਿਬ ਤੁਹਾਨੂੰ ਲੱਗਦਾ ਹੈ ਕਿਉਂਕਿ ਯੂਥ ਤੁਹਾਨੂੰ ਆਦਰਸ਼ ਮੰਨਦਾ ਜਿਹੜੇ ਸਿੰਗਰ ਹੁੰਦੇ ਲੇਕਿਨ ਕਈ ਵਾਰੀ ਦੇਖਿਆ ਹੁੰਦਾ ਕਿ ਗਨ ਕਲਚਰ ਨੂੰ ਜਾਂ ਉਸ ਤਰ੍ਹਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਜਿਸ ਕਰਕੇ ਪ੍ਰੋਬਲਮਸ ਆਉਂਦੀਆਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਚੀਜ਼ਾਂ ਨਹੀਂ ਜੀ ਮੈਨੂੰ ਲੱਗਦਾ ਕਿ ਮਿਊਜ਼ਿਕ ਕਰਕੇ ਕਦੀ ਕੋਈ ਖਰਾਬ ਨਹੀਂ ਹੋ ਸਕਦਾ ਓਕੇ ਮੇਰਾ ਜਿੰਨਾ ਕੁ ਮੰਨਣਾ ਕਿ ਮਿਊਜ਼ਿਕ ਸਿਰਫ ਤੁਹਾਨੂੰ ਖੁਸ਼ੀ ਦੇ ਸਕਦਾ ਸੋ ਬੁਰੀਆਂ ਚੀਜ਼ਾਂ ਛੱਡੋ ਅਤੇ ਮਿਊਜ਼ਿਕ ਨੂੰ ਐਂਟਰਟੇਨਮੈਂਟ ਨੂੰ ਫਿਟਨੈਸ ਨੂੰ ਜੁਆਇਨ ਕਰੋ ਸਭ ਠੀਕ ਹੋਏ ਤੁਸੀਂ ਹੁਣ ਕਿਸ ਤਰ੍ਹਾਂ ਵੇਖਦੇ ਯੂਥ ਨੂੰ ਤੁਸੀਂ ਅੱਜ ਮੋਟੀਵੇਟ ਕੀਤਾ ਤੁਹਾਨੂੰ ਮੈਸੇਜ ਕੀ ਦੇਣਾ ਚਾਹੁੰਦੇ ਮੈਂ ਹੀ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਇਹ ਉਮਰ ਬੜੀ ਨਾਜ਼ੁਕ ਹੈ ਔਰ ਇਸ ਉਮਰ 'ਚ ਤੁਸੀਂ ਬੁਰੀ ਸੰਗਤ ਤੋਂ ਬਚੋ ਅਤੇ ਨਸ਼ਿਆਂ ਤੋਂ ਬਚੋ ਠੀਕ ਹੈ ਅਤੇ ਬਿਲਕੁਲ ਨਸ਼ਿਆਂ ਤੋਂ ਬਚੋ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਅਤੇ ਮਕਸਦ ਇਹੀ ਹੈ ਕਿ ਕਿਸ ਤਰ੍ਹਾਂ ਅਸੀਂ ਯੂਥ ਨੂੰ ਮੋਟੀਵੇਟ ਕਰਨਾ ਕਿਸ ਤਰ੍ਹਾਂ ਅਸੀਂ ਯੂਥ ਨੂੰ ਮੈਸੇਜ ਦੇਣਾ ਹੈ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤੁਸੀਂ ਦੂਰ ਰਹੋ ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ